ਕਬੱਡੀ ਦਾ ਜਿਹੜਾ ਸ਼ੌਕ ਹੈ ਤੁਹਾਨੂੰ ਸੀ ਕਿ ਵਾਲਦ ਸਾਹਿਬ ਨੂੰ ਸ਼ੌਕ ਸੀ ਹੁੰਦਾ ਨਾ ਕਿ ਇੱਕ ਸ਼ੌਕ ਤੇ ਬੰਦਾ ਖੇਡਦਾ ਹੈ? ਕਬੱਡੀ ਜੀ ਸਾਡੀ ਸਮਝ ਲਓ ਕਿ ਵਿਰਾਸਤੀ ਖੇਡ ਆ ਸਾਡੇ, ਮੇਰੇ ਤਾਇਆ ਜਾਨ ਪਹਿਲਾਂ ਖੇਡਦੇ ਰਹੇ, ਮੇਰਾ ਚਾਚਾ ਖੇਡਦਾ ਰਿਹਾ, ਵਾਲਦ ਸਾਹਿਬ ਮੇਰੇ ਨਾ ਆਰਮੀ ਦੀ ਤਰਫੋਂ ਕੁਸ਼ਤੀ ਆਪਣੇ ਯੂਨਿਟ 'ਚ ਕਰਦੇ ਰਹੇ, 3 ਪੰਜਾਬ ਉਹਨਾਂ ਦੀ ਯੂਨਿਟ ਸੀਗੀ, ਅਤੇ ਸਾਡੇ ਸ਼ੌਕ ਸੀ ਜੀ, ਖੂਨ 'ਚ ਕਬੱਡੀ ਸੀ ਅਤੇ ਸਾਡਾ ਫੈਮਿਲੀ ਵਾਈਜ਼ ਸਿਸਟਮ ਸੀ ਕਬੱਡੀ ਦਾ, ਅਤੇ ਇਸ ਕਰਕੇ ਮੈਨੂੰ ਸ਼ੌਕ ਸੀ ਕਬੱਡੀ ਦਾ। ਮੇਰੇ ਵਾਲਦ ਨੂੰ ਵੀ ਸ਼ੌਕ ਸੀ, ਵਾਲਦਾ ਮਨਾ ਕਰਦੀ ਰਹੀ ਆ ਕਿ ਗੇਮ ਯਾਨੀ ਕਿ ਨਹੀਂ ਸਹੀ, ਉਹ ਇੰਜਰੀ ਹੋਈ, ਸੱਟ ਲੱਗ ਜੂ, ਯੇ ਵੋ, ਬਾਕੀ ਸ਼ੌਕ ਸੀ ਇਸ ਕਰਕੇ ਖੇਡਿਆ। ਅੱਛਾ, ਅਤੇ ਕਿਹੜੇ ਕਿਹੜੇ ਮੁਲਕ ਜਾ ਤੁਸੀਂ ਖੇਲੀ ਕਬੱਡੀ? ਮੈਂ ਭਾਅ ਜੀ ਇੰਡੀਆ ਗਿਆ, ਵਰਲਡ ਕਬੱਡੀ ਲੀਗ ਖੇਲੀ 2014 'ਚ, ਅਤੇ ਵਰਲਡ ਕੱਪ ਖੇਲਿਆ 2014 ਵਾਲਾ, ਅਤੇ 2017 ਦੇ ਵਿੱਚ ਮੈਂ ਇੰਗਲੈਂਡ ਗਿਆ ਸੀਜ਼ਨ ਖੇਡਣ ਲਈ। ਅੱਛਾ, ਤੁਹਾਡੇ ਆ ਕੋ ਕੁਛ ਮਹੀਨੇ ਪਹਿਲੇ ਸੱਟ ਲੱਗੀ ਸੀ ਅਤੇ ਤੁਹਾਡੀ ਲੱਤ ਵੀ ਕੱਟ ਦਿੱਤੀ ਗਈ, ਅਤੇ ਇਹ ਕੀ ਮਾਜਰਾ ਬਣਿਆ ਸੀ, ਕਿਹੜੇ ਕਿੱਥੇ ਖੇਡ ਰਹੇ ਸੀ ਤੁਸੀਂ ਮੈਚ ਕਿ ਤੁਹਾਨੂੰ ਇੰਜਰੀ ਹੋਈ ਸੀ? ਮੈਚ ਭਾਅ ਜੀ ਨਾ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਸੀ ਇਸਲਾਮਾਬਾਦ, ਅਤੇ ਮੈਂ ਪੁਲਿਸ ਟੀਮ ਦਾ ਕੈਪਟਨ ਸੀ, ਅਤੇ ਇਸਲਾਮਾਬਾਦ ਖੇਲਦਿਆਂ ਐਚ ਈ ਸੀ ਨਾਲ ਮੈਚ ਸੀ, ਛੋਟੇ ਮੁੰਡੇ ਸੀਗੇ, ਅਤੇ ਉਹ ਫਿਰ ਮੈਚ ਬੰਦਾ ਉਸ ਮਰਾਲ ਨਾਲ ਨਹੀਂ ਬੰਦਾ ਖੇਡਦਾ, ਥੋੜ੍ਹਾ ਜਿਹਾ ਵੀ ਹਿਸਾਬ ਨਾਲ ਖੇਲਦਾ ਵੀ ਮੁੰਡੇ ਛੋਟੇ ਕੋਈ ਆ, ਅਤੇ ਉਹ ਖੇਲਦਿਆਂ ਛੋਟਾ ਮੁੰਡਾ ਸੀ, ਉਹਦੇ ਕੋਲੋਂ ਕੈਂਚੀ ਲੱਗ ਗਈ, ਕੋਈ ਨਹੀਂ ਉਹ ਗੇਮ ਦਾ ਹਿੱਸਾ ਸੀਗਾ, ਅਤੇ ਉਹ ਕੈਂਚੀ ਦੀ ਵਜ੍ਹਾ ਤੋਂ ਮੇਰੇ ਨਾ ਏ ਸੀ ਐੱਲ ਅਤੇ ਪੀ ਸੀ ਐੱਲ ਜਿਹੜੇ ਨਾ ਉਹ ਇੰਜਰ ਹੋ ਗਏ, ਉਹ ਰਿਪੋਰਟ ਰਿਪਾਰਟ ਕਰਾਈ, ਐੱਮ ਆਰ ਆਈ ਕਰਾਉਣ ਤੋਂ ਬਾਅਦ ਫਿਰ ਇੱਕ ਦੋ ਡਾਕਟਰਾਂ ਨਾਲ ਮਸ਼ਵਰਾ ਕੀਤਾ, ਉਹਨਾਂ ਕਹਾ ਜੀ ਬਿਹਤਰ ਇਹ ਆ ਕਿ ਤੁਸੀਂ ਨਾ ਆਪਣਾ ਅਪਰੇਟ ਕਰਾ ਲਓ, ਕਿਉਂਕਿ ਤੁਸੀਂ ਦੁਬਾਰਾ ਜਲਦੀ ਸਪੋਰਟਸ ਦੇ ਵਿੱਚ ਐਂਟਰ ਹੋ ਜਾਓਗੇ, ਅਤੇ ਜੇ ਨਾ ਅਗਰ ਕਰਾਓਗੇ ਤਾਂ ਤੁਹਾਨੂੰ ਯਾਨੀ ਕਿ 40 ਸਾਲ ਤੋਂ ਬਾਅਦ ਮਸਲਾ ਬਣੂਗਾ ਤੁਹਾਡੀ ਲਾਈਫ ਦੇ ਵਿੱਚ, ਜਦੋਂ ਬੰਦਾ ਬੁਢਾਪੇ 'ਚ ਜਾਂਦਾ ਉਦੋਂ ਫਿਰ ਚੱਲਣ ਫਿਰਨ ਦਾ ਮਸਲਾ ਬਣ ਜਾਂਦਾ, ਅਤੇ ਇਸ ਕਰਕੇ ਫਿਰ ਅਸੀਂ ਦੋ ਤਿੰਨ ਡਾਕਟਰਾਂ ਨਾਲ ਮਸ਼ਵਰਾ ਕੀਤਾ, ਅਤੇ ਉਹ ਇਸ ਡਾਕਟਰ ਉਸਾਮਾ ਸ਼ਹੀਦ ਕੋਲੋਂ ਅਸੀਂ ਟਾਈਮ ਲੈ ਲਿਆ ਆਪਰੇਸ਼ਨ ਦਾ। ਨਹੀਂ, ਤੁਸੀਂ ਜਦੋਂ ਇੰਜਰੀ ਹੋਈ ਸੀ ਸਭ ਤੋਂ ਪਹਿਲਾਂ ਡਾਕਟਰ ਆਹੀ ਸੀ ਉਸਾਮਾ ਸੀ ਜਿਹਨੂੰ ਚੈੱਕ ਕਰਵਾਇਆ? ਨਹੀਂ ਜੀ, ਸਭ ਤੋਂ ਪਹਿਲੇ ਮੈਂ ਆਪਣੇ ਮਹਿਕਮੇ ਨੇ ਮੈਨੂੰ ਚੈੱਕ ਕਰਾਇਆ ਜੀ ਅਲਾਈਟ ਹੋਸਪਿਟਲ 'ਚ, ਕਿਉਂਕਿ ਸਾਡਾ ਸਰਕਾਰੀ ਸਿਸਟਮ ਆ ਅਤੇ ਉਹ ਸਾਡਾ ਡਾਕਟਰ ਸਿਸਟਮ ਚੱਲਦਾ, ਉਹ ਡਾਕਟਰ ਸਿਸਟਮ ਲੈ ਕੇ ਅਸੀਂ ਗਏ ਹਾਂ ਅਲਾਈਟ ਹੋਸਪਿਟਲ, ਉੱਥੇ ਓ ਪੀ ਡੀ ਚੈੱਕ ਕਰਾਇਆ ਰੂਟੀਨ ਵਾਈਜ਼, ਜਿਹੜੇ ਡਾਕਟਰ ਹੁੰਦੇ ਆ ਉੱਥੇ, ਰਾਣਾ ਦਾਊਦ ਸੀ ਡਾਕਟਰ, ਉਹਦੇ ਕੋਲ ਚੈੱਕ ਕਰਾਇਆ, ਅਤੇ ਉਹਨਾਂ ਨੇ ਵੀ ਸਾਨੂੰ ਓਪਰੇਟ ਦਾ ਮਸ਼ਵਰਾ ਦਿੱਤਾ ਸੀਗਾ, ਲੇਕਿਨ ਮੈਂ ਸਰਕਾਰੀ ਆਪਣੀ ਬਸ ਬੇਵਕੂਫੀ ਦੀ ਵਜ੍ਹਾ ਤੋਂ ਕਰਵਾਇਆ ਨਹੀਂ, ਸਰਕਾਰੀ ਡਰ ਲੱਗਦਾ ਵੈਸੇ ਵੀ, ਬਸ ਐਵੇਂ ਜ਼ਿਹਨ ਦੇ ਵਿੱਚ ਇੱਕ ਗੱਲ ਆ ਗਈ ਕਿ ਸਰਕਾਰੀ ਤੌਰ 'ਤੇ ਐਡਾ ਮਸ਼ੀਨ ਵੀ ਕਵਰੇਜ ਨਹੀਂ ਕਰਦੇ, ਜੇ ਵੋ, ਇਸ ਕਰਕੇ ਮੈਂ ਇੱਥੇ ਕਰਵਾ ਲਿਆ, ਅਤੇ ਇੱਥੇ ਬਸ ਫਿਰ ਤੁਹਾਨੂੰ ਪਤਾ ਡਾਕਟਰ ਸਾਮਾ ਪ੍ਰਾਈਵੇਟ ਉਹਨਾਂ ਦਾ ਕਲੀਨਿਕ? ਹਾਂਜੀ ਭਾਈ, ਇਹ ਨਾ ਡਾਕਟਰ ਸਾਮਾ ਸ਼ਹੀਦ ਪ੍ਰਾਈਵੇਟ ਹੀ ਬੈਠਦਾ, ਕਸ਼ਮੀਰ ਪੁਲ 'ਤੇ ਇਹਨੇ ਬਣਾਇਆ ਵਾ, ਇੱਕ ਨੇ ਕੁਰਡਿਆਂ ਵਾਲੇ ਕੋਲ ਬਣਾਇਆ, ਅਤੇ ਬਾਕੀ ਇਹ ਮਰੀਜ਼ ਇਕੱਠੇ ਇਕੁੱਠੇ ਕਰਕੇ ਲਿਆ ਕੇ ਫੈਸਲ ਹੋਸਪਿਟਲ ਅਪਰੇਟ ਕਰਦਾ।